भारतीय किसान यूनियन की अलग अलग जथेबंदियों की तरफ से मोगा के सहकारी कृषि विकास बैंक के आगे धरना दिया गया। इस मौके पर धरने को संबोधित करते हुए अलग अलग वक्ताओं ने कहा कि कांग्रेस पार्टी ने सत्ता में आने से पहले लोगों के साथ वायदा किया था कि किसानों और मजदूरों का कर्ज माफ किया जाएगा, परंतु सरकार ने किसी का कर्ज माफ नहीं किया, उल्टा किसानों के घरों में बैंकों के लिए कर्ज वसूली के नोटिस भेजकर कर्ज वसूली के लिए दबाव पाया जा रहा है। उन्होंने कहा कि किसानों को कर्ज मोड़ने के लिए मजबूर किया गया तो भारतीय किसान यूनियन इसका विरोध करेगी। जबकि दूसरी तरफ बैंक के जिला मैनेजर राजवीर सिंह ने कहा कि किसानों को कर्ज भरने के लिए जरूर कहा गया है, परंतु कोई जवाब नहीं पाया जा रहा। जो किसान बैंक के डिफाल्टर हैं, उन्हीं किसानों को अदालती नोटिस भेजे गए हैं। आज पंजाब दे विच भारत किसान यूनियन एकता ग्राहां वल्लों सहकारी खेतीबाड़ी विकास बैंकां दे मूहरे धरने लाए गए आ जिला हैडक्वार्टरां ते। ਇਹ ਬੈਂਕਾਂ ਜਦੋਂ ਅਸੀਂ ਲੋਨ 'ਚ ਲਿਮਟਾਂ ਬਣਾਉਂਦੇ ਹਾਂ, ਸਰਕਾਰ ਤੋਂ ਅਸੀਂ ਪੈਸੇ ਲੈਂਦੇ ਹਾਂ ਤਾਂ ਸਾਥੋਂ ਉਦੋਂ ਇਹ ਚੈੱਕ ਲੈ ਲੈਂਦੀਆਂ ਕਿ ਚੈੱਕ ਜੀ ਅਸੀਂ ਤੁਹਾਥੋਂ ਕੁਛ ਨਹੀਂ ਇਹਦੇ ਬਾਰੇ, ਅਸੀਂ ਉਹੀ ਜਾਣਦੇ ਉਦੋਂ ਭੋਲੇ ਹੋ ਕੇ ਦੇ ਦਿੰਦੇ ਹਾਂ। ਅਤੇ ਜਦੋਂ ਅਸੀਂ ਹੁਣ ਕਿਤੇ 5-4 ਸਾਲਾਂ ਬਾਅਦ ਇਹ ਕਿਸ਼ਤ ਖੁੰਝ ਜਾਂਦੇ ਹਾਂ ਤਾਂ ਇਹ ਮਨਮਰਜ਼ੀ ਦੀ ਰਕਮ ਭਰ ਕੇ ਉਹਨਾਂ ਨੂੰ ਇਹ ਅਦਾਲਤਾਂ ਵਿੱਚ ਲਾਉਂਦੇ ਆ ਅਤੇ ਅਦਾਲਤਾਂ ਸਾਨੂੰ ਉਹ ਧੋਖਾਧੜੀ ਦਾ ਕੇਸ ਬਣ ਜਾਂਦਾ ਸਾਡੇ 'ਤੇ ਕਿ ਮਰਜ਼ੀ ਦੀ ਰਕਮ ਭਰਦੀਆਂ ਇਹ ਬੈਂਕਾਂ, ਭਰ ਕੇ ਸਾਡੇ 'ਤੇ ਇਹ ਕੇਸ 420 ਦਾ ਧੋਖਾਧੜੀ ਦਾ ਕੇਸ ਬਣ ਜਾਂਦਾ, ਜਦੋਂ ਕਿ ਦੇਸ਼ ਦਾ ਕਿਸਾਨ ਧੋਖਾਧੜੀ ਕਰਨੀ ਨਹੀਂ ਜਾਣਦਾ। ਇੱਥੋਂ ਦੀ ਜਿਹੜੀ ਸਰਕਾਰ ਆ ਮੌਜੂਦਾ ਰਾਜ ਕਰਨ ਵਾਲੀ, ਇਹ ਜਦੋਂ ਬਣੀ ਸੀ ਤਾਂ ਇਹਨਾਂ ਨੇ ਸਾਡੀਆਂ ਸੱਥਾਂ 'ਚ ਆ ਕੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਕਿ ਤੁਸੀਂ ਜਿਹੜਾ ਵੀ ਕਿਸੇ ਦਾ ਬੈਂਕਾਂ ਦਾ ਚਾਹੇ ਕਿਸੇ ਆੜ੍ਹਤੀਆਂ ਦਾ ਚਾਹੇ ਕਿਸੇ ਸਰਕਾਰੀ ਬੈਂਕਾਂ ਦਾ ਪੈਸਾ ਦੇਣਾ, ਉਹ ਜਦੋਂ ਸਾਡੀ ਸਰਕਾਰ ਬਣ ਗਈ ਇੱਥੋਂ ਦਾ ਮੁੱਖ ਮੰਤਰੀ ਕਹਿੰਦਾ ਕਿ ਸਾਡੀ ਸਰਕਾਰ ਭਰੂਗੀ, ਪਰ ਅੱਜ ਅੱਜ ਸਾਹ ਮੁੱਕਰ ਗਏ ਆ। ਜੇ ਮਾੜਾ ਮੋਟਾ ਨਮੂਨਾ ਕਰਜ਼ਾ ਇਹਨਾਂ ਨੇ ਸਾਡਾ ਮਾਫ਼ ਕੀਤਾ ਤਾਂ ਕਿਸਾਨਾਂ ਨੂੰ ਸੱਚ 'ਚ ਪਾ ਕੇ ਛੰਡਿਆ ਜਾ ਰਿਹਾ। ਸੋ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੇ ਵਾਅਦੇ 'ਤੇ ਪੂਰਾ ਖਰਾ ਉਤਰੇ, ਨਹੀਂ ਸਾਡਾ ਸੰਘਰਸ਼ ਲਗਾਤਾਰ ਐਂ ਚੱਲੂਗਾ ਅਤੇ ਸਰਕਾਰ ਮੂਹਰੇ ਇਲੈਕਸ਼ਨਾਂ 'ਚ ਪਿੰਡਾਂ 'ਚ ਆ ਰਹੀ ਆ ਪੰਚਾਇਤੀ ਚੋਣਾਂ 'ਚ, ਅਤੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਜਦੋਂ ਵੜਨਗੇ ਅਸੀਂ ਇਹਨਾਂ ਦਾ ਘਰਾਓ ਕਰਾਂਗੇ, ਇਹਨਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਅਤੇ ਇਹਨਾਂ ਬੈਂਕ ਅਧਿਕਾਰੀਆਂ ਨੂੰ ਫੜ ਕੇ ਅਸੀਂ ਤੂੜੀ ਵਾਲੇ ਕੋਠਿਆਂ 'ਚ ਤਾੜਾਂਗੇ। ਤਾਂ ਇੱਥੋਂ ਦੀ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਅਸੀਂ ਕਿਸਾਨਾਂ ਨੂੰ ਲਾਮਬੰਦ ਕਰਕੇ ਇਹਨਾਂ ਦੇ ਮੂਹਰੇ ਹੁਣ ਲਾਉਣ ਲਈ ਤਿਆਰ ਕਰਾਂਗੇ। ਨਹੀਂ ਜੀ, ਜਿਹੜੇ ਅਸੀਂ ਰਿਕਵਰੀ ਦੇ ਦੌਰਾਨ ਸਾਡੇ ਕੋਲ ਡਿਸਟ੍ਰਿਕਟ ਮੋਗੇ ਦੇ ਵਿੱਚ ਕਰੀਬ 1500 ਡਿਫਾਲਟਰ ਨੇ ਜੀ, 2.5 ਕਰੋੜ ਡਿਮਾਂਡ ਬਣਦੀ ਹੈ ਜੀ ਉਹਨਾਂ ਨੂੰ। ਅਸੀਂ ਜਿਹੜਾ ਰਿਕਵਰੀ 'ਤੇ ਸਾਨੂੰ ਚੈੱਕ ਦਿੰਦਾ ਜੀ, ਉਹੀ ਚੈੱਕ ਅਸੀਂ ਲਾਉਂਦੇ ਹਾਂ ਅਤੇ ਬਾਊਂਸ ਹੋਣ ਤੋਂ ਬਾਅਦ 'ਚ ਉਹਦੇ ਅਦਾਲਤੀ ਕਾਰਵਾਈ ਹੁੰਦੀ ਹੈ। ਜਿਹੜੇ ਅਸੀਂ ਸਾਲਸੀ ਕੇਸ ਅਤੇ ਸੇਲ ਕੇਸ ਬਣਾਏ ਨੇ ਉਹ ਵੱਡੇ ਅਤੇ ਬਿਲਫੁਲ ਡਿਫਾਲਟਰਾਂ ਦੇ ਬਣਾਏ ਨੇ ਜੀ। ਮਾਨਯੋਗ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅਸੀਂ ਜਿੰਨੇ ਵੱਡੇ ਬੰਦੇ ਨੇ ਸਾਡੇ ਕੋਲ ਜੀ ਵਿਲਫੁਲ ਡਿਫਾਲਟਰ ਨੇ, ਜਿਹਨਾਂ ਵੱਲ ਬੈਂਕ ਦਾ ਬਹੁਤ ਹੀ ਬਿੱਗ ਅਮਾਊਂਟ ਉਹਨਾਂ ਵੱਲ ਰੁਕਿਆ ਹੋਇਆ ਜੀ, ਉਹਨਾਂ ਤੋਂ ਰਿਕਵਰ ਕਰਨ ਵਾਸਤੇ ਅਸੀਂ ਉਹਨਾਂ 'ਤੇ ਐਕਸ਼ਨ ਲੈ ਰਹੇ ਹਾਂ। ਜਿਹੜੀ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਦੀ ਪਾਲਿਸੀ ਆਈ ਹੈ ਉਹਦੇ ਅੰਦਰੇ ਆਉਂਦੇ ਨੇ? ਨਹੀਂ, ਜੋ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਦੀ ਪਾਲਿਸੀ ਆਈ ਹੈ ਉਹਦੇ ਵਿੱਚ PADB ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਲੋਨ ਹੀ ਨਹੀਂ ਹੁੰਦੇ ਜੀ। ਸਾਡੇ ਕੋਲ ਤਾਂ ਲੌਂਗ ਟਰਮ ਲੋਨ ਹੈ ਜੀ, ਜੋ ਕਿ ਕਰਜ਼ਾ ਮਾਫ਼ੀ ਦੇ ਸਕੀਮ ਅੰਦਰ ਨਹੀਂ ਹੁੰਦਾ। ਕਿੰਨੇ ਕੁ ਇਸ ਵੇਲੇ ਜਿਹੜੇ ਤੁਹਾਡੇ ਚੈੱਕ ਬਾਕਸ ਦੇ ਕੇਸ ਲੱਗੇ ਹੋਏ ਨੇ? ਸਾਡੇ ਕੋਲ ਰਾਊਂਡ ਅਬਾਊਟ ਜੀ 80-85 ਤੱਕ ਚੈੱਕ ਲੱਗੇ ਹੋਏ ਨੇ ਜੀ ਡਿਸਟ੍ਰਿਕਟ ਦੇ ਵਿੱਚ ਚੈੱਕ ਬਾਊਂਸ ਦੇ। ਸਾਡੇ ਕੋਲ ਜਿਹੜੇ ਟੋਟਲ ਨੰਬਰ ਆਫ ਡਿਫਾਲਟਰ ਨੇ ਉਹ 1500 ਦੇ ਕਰੀਬ ਨੇ, ਚੈੱਕ ਬਾਊਂਸ ਦੇ ਸਾਡੇ ਕੋਲ ਇੰਨੇ ਕੇਸ ਨੇ ਜੀ। ਅਸੀਂ ਸਾਲਸੀ ਅਤੇ ਸੇਲ ਕੇਸ ਜ਼ਰੂਰ ਵੱਡੇ ਅਤੇ ਬਿਲਫੁਲ ਡਿਫਾਲਟਰਾਂ ਦੇ ਬਣਾਏ ਨੇ ਜੀ, ਉਹਨਾਂ ਤੋਂ ਰਿਕਵਰੀ ਕਰਨ ਵਾਸਤੇ। ਕਿੰਨੇ ਤੱਕ ਦੇ ਹੋਏ ਜੀ ਡਿਫਾਲਟਰ? ਕਿੰਨਾ ਬੈਲੈਂਸ ਹੋਏਗਾ ਉਹਨਾਂ ਕੋਲ? ਸਾਡੇ ਕੋਲ ਲਿਸਟ ਹੈ ਜੀ, ਸਾਡੇ ਕੋਲ ਕਈ ਬਹੁਤ ਵੱਡੇ ਬਿਲਫੁਲ ਡਿਫਾਲਟਰ ਨੇ ਜਿਨ੍ਹਾਂ ਦੇ ਅਗੇਂਸਟ ਰਾਊਂਡ ਅਬਾਊਟ 40-50 ਲੱਖ ਰੁਪਏ ਤੱਕ 50 ਲੱਖ ਰੁਪਏ ਤੱਕ ਵੀ ਹੈਗਾ ਜੀ। ਉਹਨਾਂ ਬੰਦਿਆਂ ਦੇ ਅਗੇਂਸਟ ਅਸੀਂ ਸੇਲ ਕੇਸ ਅਤੇ ਸਾਲਸੀ ਵਾਰੰਟਾਂ ਦੇ ਕੇਸ ਬਣਾ ਰਹੇ ਹਾਂ। ਫਿਰੋਜ਼ਪੁਰ ਸੇ ਸੁਖਚੈਨ ਸਿੰਘ ਕੀ ਰਿਪੋਰਟ।